ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਗੋਲਡ ਸਟਾਰ ਸਮਾਣਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕੀਤਾ ਜਾਂਦਾ ਬਈ। ਜਿਵੇਂ ਕਿ ਤੁਹਾਨੂੰ ਪਤਾ ਕਿ ਗੋਲਡ ਸਟਾਰ ਸਮਾਣਾ ਟਰੈਕਟਰ ਦੇ ਏਸੀ ਕੈਬਨ ਲਾਉਣ ਦੇ ਵਿੱਚ ਭਾਰਤ ਦੀ ਨੰਬਰ 1 ਕੰਪਨੀ ਬਣ ਚੁੱਕੀ ਹੈ ਜੀ। ਸੋ ਹੁਣ ਤੱਕ ਆਪਾਂ ਨੇ ਸੈਂਕੜੇ ਟਰੈਕਟਰਾਂ ਦੇ ਉੱਪਰ ਏਸੀ ਕੈਬਨ ਜਿਹੜੇ ਇੰਸਟਾਲ ਕਰ ਦਿੱਤੇ ਨੇ। ਸੋ ਅੱਜ ਗੋਲਡ ਸਟਾਰ ਸਮਾਣਾ ਦੇ ਮੈਨੇਜਿੰਗ ਡਾਇਰੈਕਟਰ ਤੇ ਨਾਲ ਟੀਮ ਫੀਲਡ ਇੰਸਪੈਕਸ਼ਨ ਵਾਸਤੇ ਪਹੁੰਚੇ ਜੀ ਰੰਗੀਆਂ ਪਿੰਡ ਵਿਖੇ, ਬਾਈ ਪਰਮਜੀਤ ਦੇ ਖੇਤ 'ਚ ਪਹੁੰਚੇ ਆਪਾਂ ਤੇ ਇਹਨਾਂ ਨੇ ਆਪਣੇ ਕੋਲ ਏਸੀ ਕੈਬਨ ਇੰਸਟਾਲ ਕਰਵਾਇਆ ਸੀ। ਸੋ ਆਪਾਂ ਇੱਕ ਨਾਲ ਦੇ ਕਸਟਮਰ ਦਾ ਰਿਵਿਊ ਹੋ ਜਾਂਦਾ, ਨਾਲੇ ਜਿਹੜੀ ਚੀਜ਼ ਆਪਾਂ ਆਪ ਜਾ ਕੇ ਗਰਾਊਂਡ ਲੈਵਲ ਤੇ ਪਰਖ ਲਈਏ ਕਿ ਕੋਈ ਕਮੀ ਪੇਸ਼ੀ, ਸੋ ਉਹ ਚੀਜ਼ਾਂ ਨੂੰ ਆਪਾਂ ਮੁੱਖ ਰੱਖਦੇ ਹੋਏ ਅੱਜ ਦੀ ਜਿਹੜੀ ਵਿਜ਼ਿਟ ਪਲਾਨ ਕੀਤੀ ਸੀ। ਸੋ ਸਕਸੈਸਫੁਲੀ ਆਪਾਂ ਪਹੁੰਚ ਚੁੱਕੇ ਬਾਈ ਕੋਲ, ਪਹਿਲਾਂ ਘਰ ਜਾ ਕੇ ਆ। ਸੋ ਇੱਥੇ ਆਪਾਂ ਤੁਹਾਨੂੰ ਟਰੈਕਟਰ ਦਿਖਾਵਾਂਗੇ ਤੇ ਬਾਈ ਦਾ ਰਿਵਿਊ ਵੀ ਲਵਾਂਗੇ। ਦੇਖੋ ਤੁਸੀਂ ਦੇਖ ਸਕਦੇ ਹੋ ਕਿ ਏਸੀ ਕੈਬਨ ਜਿਵੇਂ ਟਰੈਕਟਰ ਦੇ ਉੱਪਰ ਇੰਸਟਾਲ ਕੀਤਾ ਹੋਇਆ ਤੇ ਪ੍ਰੋਪਰ ਤੂੜੀ ਜਿਵੇਂ ਆਪਾਂ ਪਹਿਲਾਂ ਤੂੜੀ ਬਣਾਉਂਦੇ ਸੀ, ਲੋਕ ਥੋੜੇ ਪਰੇਸ਼ਾਨ ਹੋ ਜਾਂਦੇ ਸੀ, ਹਰਾਸ ਹੋ ਜਾਂਦੇ ਸੀ। ਬਾਕੀ ਸਭ ਤੋਂ ਜਿਹੜਾ ਜ਼ਿਆਦਾ ਰਿਵਿਊ ਹੈ, ਵਧੀਆ ਜਾਂ ਘਟੀਆ ਜੋ ਵੀ ਆਪਾਂ ਨੂੰ ਦੇਊਗਾ, ਉਹ ਆਪਾਂ ਨੂੰ ਜਿਹੜਾ ਬਾਈ ਅੰਦਰ ਬੈਠਾ ਏਸੀ ਕੈਬਨ ਦੇ ਵਿੱਚ, ਕਿਉਂਕਿ ਜਿਹੜੇ ਬੰਦੇ ਦੇ ਉੱਪਰ ਜਿਹਨੇ 5 ਸੀਜ਼ਨ 10 ਸੀਜ਼ਨ ਲਗਾਤਾਰ ਘੱਟਾ ਖਾਧਾ ਹੋਵੇ, ਹਨਾ, ਤੂੜੀ ਸਿੱਧੀ ਅੱਖਾਂ ਦੇ ਵਿੱਚ ਪੈਂਦੀ ਹੈ, ਨੱਕ ਦੇ ਵਿੱਚ, ਮੂੰਹ ਦੇ ਵਿੱਚ, ਕਹਿਣ ਦਾ ਮਤਲਬ ਹੈ ਵੀ ਪਾਣੀ ਪੀਣ ਵਾਸਤੇ ਵੀ ਉਤਰਨਾ ਤਾਂ ਉਹਨੂੰ ਇੱਕ ਵਾਰੀ ਪਹਿਲਾਂ ਮੂੰਹ ਧੋ ਕੇ ਚੰਗੀ ਤਰ੍ਹਾਂ, ਉਸ ਤੋਂ ਬਾਅਦ ਉਹਨੂੰ ਦਿਖਦਾ ਸੀ ਮੈਂ ਖੇਤ 'ਚ ਫਿਰਦਾ ਜਾਂ ਕਿਤੇ ਬਾਹਰ ਅੰਦਰ ਨਿਕਲ ਗਿਆ। ਸੋ ਇਸ ਜਗ੍ਹਾ ਤੇ ਆਪਾਂ ਪਹੁੰਚੇ, ਆਪਾਂ ਨੂੰ ਸਭ ਤੋਂ ਵਧੀਆ ਰਿਵਿਊ ਉੱਥੋਂ ਮਿਲੂਗਾ। ਸੋ ਬਾਕੀ ਇੱਕ ਵਾਰੀ ਆਪਾਂ ਬਾਈ ਨਾਲ ਪਰਮਜੀਤ ਵੀਰੇ ਨਾਲ ਗੱਲ ਕਰਦੇ ਹਾਂ। ਸੋ ਇਹਨਾਂ ਦਾ ਰਿਵਿਊ ਆਪਾਂ ਲਵਾਂਗੇ, ਹਨਾ, ਕਿ ਕਿਸ ਤਰ੍ਹਾਂ ਦਾ ਇਹਨਾਂ ਨੇ ਫੀਲ ਕੀਤਾ, ਕਿੰਨਾ ਕਿੰਨਾ ਫਰਕ ਪਿਆ ਟਰਾਲੀਆਂ ਦਾ। ਤੇ ਇੱਥੇ ਇੱਕ ਆਪਾਂ ਕੰਜਪਸ਼ਨ ਦੀ ਗੱਲ ਕਰਾਂਗੇ, ਜਿੱਥੇ ਕਿ ਅਕਸਰ ਸਵਾਲ ਰਹਿੰਦੇ ਨੇ ਕਿ ਜਿਹੜੀ ਫਿਊਲ ਕੰਜਪਸ਼ਨ ਹੈ ਟਰੈਕਟਰ ਦੀ, ਉਹਦੇ ਉੱਪਰ ਕਿੰਨਾ ਕੁ ਇਫੈਕਟ ਪੈਂਦਾ, ਕਿੰਨਾ ਕੁ ਜ਼ਿਆਦਾ ਤੇਲ ਖਾਂਦਾ ਟਰੈਕਟਰ ਤੇ ਕਿੰਨਾ ਕੁ ਘੱਟ ਖਾਂਦਾ, ਉਹ ਚੀਜ਼ਾਂ ਨੂੰ ਆਪਾਂ ਨੂੰ ਇੱਥੇ ਪਤਾ ਲੱਗੂਗਾ। ਤੇ ਟਰਾਲੀਆਂ ਦਾ ਪਤਾ ਲੱਗੂਗਾ ਕਿ ਬਿਨਾਂ ਏਸੀ ਕੈਬਨ ਤੋਂ ਕਿੰਨੀਆਂ ਟਰਾਲੀਆਂ ਤੂੜੀ ਦੀਆਂ ਬਣਦੀਆਂ ਰਹੀਆਂ ਨੇ। ਸੋ ਬਾਈ ਉਮੀਦ ਕਰਦੇ ਹਾਂ ਟੋਟਲੀ ਓਨੈਸਟਲੀ ਰਿਵਿਊ ਦਿਓ ਵੀਰੇ, ਕਿਉਂਕਿ ਤੁਹਾਡਾ ਰਿਵਿਊ ਹੈ ਜਿਹੜਾ, ਜਿਹੜੇ ਸਾਡੇ ਨਵੇਂ ਕਸਟਮਰ ਹਜੇ ਪਲਾਨ ਕਰ ਰਹੇ ਨੇ ਏਸੀ ਕੈਬਨ ਲਵਾਉਣ ਵਾਸਤੇ, ਉਹਨਾਂ ਲਈ ਇੱਕ ਜਿਵੇਂ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਕ ਭਰੋਸਾ ਬਣ ਜਾਂਦਾ, ਹਨਾ। ਸੋ ਕਰੋ ਬਾਈ ਦਰਸ਼ਕਾਂ ਨਾਲ ਗੱਲਬਾਤ। ਚੈਨਲ ਦੇਖਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਣਾ ਪਿੰਡਾ ਰੰਗੀਆਂ ਜੀ, ਆਪਾਂ ਨੂੰ ਲਗਭਗ 6 ਮਹੀਨੇ ਹੋ ਗਏ ਜੀ ਕੈਬਨ ਲਵਾਇਆ ਜੀ। ਤੇ ਆਪਾਂ ਪਹਿਲਾਂ ਸੁਪਰ ਸੀਡਰ ਤੇ ਚਲਾਉਂਦੇ ਰਹੇ ਆ ਕੈਬਨ, ਫੁੱਲ ਵਧੀਆ ਰਿਸਪੌਂਸ ਮਿਲਿਆ, ਹਨਾ। ਤੇ ਬਾਈ ਸੁਪਰ ਸੀਡਰ ਤੇ ਆਪਾਂ ਇੱਥੇ ਗੱਲ ਕਰਦੇ ਹਾਂ, ਸੁਪਰ ਸੀਡਰ ਦੇ ਉੱਪਰ ਜਿਵੇਂ ਆਪਾਂ ਕਹਿੰਦੇ ਹਨਾ, ਕਿਉਂਕਿ ਕਈ ਖਰਚੇ ਖੜੇ ਜੀ ਵੀ ਬੀਜਣਾ ਪੈਂਦਾ, ਕਈ ਵਾਰ ਕੀ ਕਰਦਾ ਕਿਤੇ ਅੱਗ ਲਾਈ ਹੋਈ ਹੁੰਦੀ ਹੈ ਕਿਸੇ ਨੇ, ਜੇ ਪਿੱਛੇ ਕਾਫੀ ਜ਼ਿਆਦਾ ਲੱਗੀ ਲੱਗੀ ਵੀ ਹਨਾ, ਕਿਤੇ ਨਹੀਂ ਵੀ ਲੱਗੀ। ਸੋ ਉੱਥੇ ਦੱਸੋ, ਕਿਉਂਕਿ ਆਪਾਂ ਦੇਖਿਆ ਕਾਲਖ ਹੁੰਦੀ ਹੈ, ਮਿੱਟੀ ਘੱਟਾ ਹੁੰਦਾ, ਸਭ ਤੋਂ ਪਹਿਲਾ ਰਿਵਿਊ ਤਾਂ ਦੱਸੋ ਵੀ ਮਿੱਟੀ ਘੱਟਾ ਅੰਤਰ ਏਸੀ ਕੈਬਨ ਦੀ ਕਿੰਨਾ ਕੁ ਆਉਂਦਾ ਜਾਂਦਾ, ਵੀ ਕਿੰਨਾ ਕੁ ਬੰਦਾ ਪਰੇਸ਼ਾਨ ਹੁੰਦਾ। ਮਿੱਟੀ ਘੱਟਾ ਬਾਈ ਜੀ ਉਦੋਂ ਆਉਂਦਾ ਜਦੋਂ ਆਪਾਂ ਟਾਕੀ ਖੋਲਦੇ ਹਾਂ, ਮਤਲਬ ਕਹਿ ਲਓ ਆਪਣੀ ਟਾਕੀ ਖੁੱਲ ਗਈ, ਹਨਾ, ਉਹ ਤਾਂ ਚਲੋ ਆਪਣੇ ਕਾਰ ਦੇ ਅੰਦਰ ਵੀ ਆਉਣਾ ਹੀ ਆਉਣਾ ਹੈ। ਜਦੋਂ ਟਾਕੀ ਖੁੱਲ ਗਈ, ਜਿਹੜਾ ਟਾਕੀਆਂ ਦੇ ਆਲੇ ਦੁਆਲੇ ਲੱਗਿਆ ਹੋਇਆ ਮਾੜਾ ਮੋਟਾ, ਉਹ ਤਾਂ ਨਾ ਮਾਤਰ ਆਉਣਾ ਹੀ ਆਉਣਾ ਅੰਦਰ ਜਦੋਂ ਆਪਾਂ ਟਾਕੀ ਖੋਲ ਲਈ। ਜੇ ਆਪਾਂ 12 ਘੰਟੇ ਸਮਝ ਲਓ 24 ਘੰਟੇ ਵੀ ਆਪਾਂ ਟਰੈਕਟਰ ਦੇ ਅੰਦਰ ਬੈਠੇ ਬਿਨਾਂ ਟਾਕੀ ਖੋਲੇ, ਤਾਂ ਕੋਈ ਸਵਾਲ ਨਹੀਂ ਬਣਦਾ ਵੀ ਅੰਦਰ ਕੋਈ ਵੀ ਕਰਦਾ ਆਵੇ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਆਪਾਂ ਹੁਣ ਆਈਏ ਇਸ ਟਾਈਮ, ਜਿਵੇਂ ਤੁਸੀਂ ਦੇਖ ਰਹੇ ਹੋ ਕਿ ਏਸੀ ਕੈਬਨ ਲਾ ਕੇ ਬਾਈ ਹਨਾ ਵਿੱਚ ਬੈਠਾ ਚੱਲ ਰਿਹਾ। ਸੋ ਇੱਥੇ ਸਭ ਤੋਂ ਜਿਹੜੀ ਮੇਜਰ ਆਪਾਂ ਕਹਿ ਦਿੰਦੇ ਹੁੰਦੇ ਹੁਣ ਤੱਕ ਆਪਾਂ ਨੇ ਪਿੱਛੇ ਸੁਣਦੇ ਆਏ ਆ, ਕਿਉਂਕਿ ਜਿਹੜੇ ਇਸ ਤੋਂ ਪਹਿਲਾਂ ਵੀ ਕੰਪਨੀਆਂ ਆਈਆਂ ਜਾਂ ਕੋਈ ਵੀ ਕਿਸੇ ਨੇ ਟਰਾਈ ਕੀਤਾ, ਇੱਕ ਮੇਜਰ ਗੱਲਬਾਤ ਰਹੀ ਹੈ, ਕਹਿੰਦੀ ਵੀ ਏਸੀ ਕੈਬਨ ਹੈ ਜਿਹੜਾ ਮਤਲਬ ਕਿ ਚਲੋ ਕਾਮਯਾਬ ਨਹੀਂ ਹੁੰਦਾ ਜੀ, ਵਿੱਚ ਰੇਤਾ ਆ ਜਾਂਦਾ ਜੀ। ਦੇਖੋ ਜੀ, ਓਨੈਸਟਲੀ ਦੱਸੋ ਵੀ ਤੁਸੀਂ ਚਲਾ ਰਹੇ ਹੋ, ਕਿੰਨੀਆਂ ਤੁਸੀਂ ਹੁਣ ਤੱਕ ਟਰਾਲੀਆਂ ਕਰ ਚੁੱਕੇ ਹੋ,
ਕਿੰਨਾ ਕਿ ਤੁਸੀਂ ਇਹਦੇ ਵਿੱਚ ਮਤਲਬ ਕਿ ਜਦੋਂ ਖੜਤ ਪਈ ਹੈ ਤੁਹਾਨੂੰ ਸਾਡੇ ਏਸੀ ਕੈਬਨ ਕਰਕੇ, ਸਿਰਫ ਸਾਨੂੰ ਉਹ ਚੀਜ਼ ਦਾ ਸਭ ਤੋਂ ਪਹਿਲਾਂ ਰਿਵਿਊ ਦਿਓ ਤੁਸੀਂ। ਆਹ ਬਾਈ ਉਹ ਨਾ ਸਾਹਮਣੇ ਆਪਾਂ ਹੁਣੇ ਟੋਟਲ ਮਾਰਿਆ ਆਪਣੀ 205 ਟਰਾਲੀ ਬਣ ਗਈ ਹੈ, 206ਵੀਂ ਟਰਾਲੀ ਲੱਗੀ ਹੋਈ ਆ। ਠੀਕ ਹੈ ਜੀ। ਤੇ ਆਪਾਂ ਨੂੰ ਇਸ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਹੈਗੀ। ਉੱਪਰ ਬਾਈ ਉਹਨਾਂ ਨੇ ਸਮਾਂ ਸਪੈਸ਼ਲ ਉਹ ਦਿੱਤਾ ਹੋਇਆ ਸੀਗਾ ਲਾਉਣ ਵਾਸਤੇ, ਤੋੜੀ ਵਾਸਤੇ ਆਪਾਂ ਨੂੰ, ਵੀ ਜਿਹਨਾਂ ਨੇ ਤੋੜੀ ਤੇ ਚਲਾਉਣਾ ਬਰੀਕ ਜਾਲੀ ਅਵਲ ਮਾ, ਵੈਸੇ ਉਸ ਦੀ ਵੀ ਕੋਈ ਲੋੜ ਨਹੀਂ ਪੈਂਦੀ, ਪਰ ਚਲਾ ਕੇ ਚੱਲੇ ਸੇਫਟੀ ਆਪਣੇ ਹੱਥਾਂ ਹਨਾ ਅੰਦਰ, ਉਸ ਚ ਗਰਦਾ ਨਾ ਫਸੇ। ਆਪਾਂ ਹੁਣ ਤੱਕ ਚਲੋ ਮੀਂਹ ਕਣੀ ਵੀ ਪੈਂਦੀ ਰਹੀ ਹੈ, ਸਭ ਕੁਝ ਹੁੰਦਾ ਰਿਹਾ, ਜੇ ਬੰਦਾ ਸਵੇਰੇ ਇੱਕ ਵਾਰੀ ਹਵਾ ਮਾਰ ਲਵੇ ਤਾਂ ਸਾਰਾ ਦਿਨ ਸੁੱਖ ਚਾ ਬੰਦਾ, ਕੋਈ ਕੱਪੜਾ ਨਹੀਂ ਮਾਰਨਾ ਪੈਂਦਾ, ਕੋਈ ਕੁਛ। ਇਹੀ ਮੈਂ ਪੁੱਛਣਾ ਚਾਹ ਰਿਹਾ ਸੀ ਬਈ, ਵੀ ਜਿਵੇਂ ਇਹ ਐਵੇਂ ਤਾਂ ਨਹੀਂ ਹੁੰਦਾ ਵੀ ਮਤਲਬ ਇੱਕ ਟਰਾਲੀ ਕਰੀ ਨਹੀਂ ਜੀ, ਇਹ ਉੱਪਰਲੇ ਪਾਸੇ ਜਾਂ ਝਾੜੂ ਮਾਰ ਉੱਪਰ ਹੋ ਕਰਦੇ, ਬਿਲਕੁਲ ਵੀ ਨਹੀਂ। ਡਰਾਈਵਰ ਆਪਣਾ ਉਤਰਦਾ ਵੀ ਨਹੀਂ, ਜਿਹੜੇ ਟਰਾਲੀ ਚੇਂਜ ਕਰਨ ਵਾਲੇ ਆਉਂਦੇ ਨੇ ਉਹ ਮੂਹਰੇ ਸਿਰਫ ਕੱਪੜਾ ਮਾਰਨਾ ਪੈਂਦਾ। ਉਹਦਾ ਵੀ ਬਾਈ ਜੀ ਕੀ ਕਾਰਨ ਆ, ਜਿਹੜਾ ਮੂਹਰੇ ਪੱਖਾ ਲੱਗਿਆ ਹੋਇਆ ਰੇਡੀਏਟਰ ਵਾਲਾ, ਉਹਦੀ ਸਕਸ਼ਨ ਪਾਵਰ ਆ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ, ਉਹ ਟਰੈਕਟਰ ਨੂੰ ਠੰਡਾ ਕਰਨ ਵਾਸਤੇ ਸਕਸ਼ਨ ਪਾਵਰ ਜ਼ਿਆਦਾ ਹੁੰਦੀ ਹੈ, ਇਸ ਕਰਕੇ ਉਹ ਗਰਦ ਖਿੱਚ ਲੈਂਦਾ, ਗਰਦ ਹਵਾ ਅੰਦਰ ਨਹੀਂ ਜਾਂਦੀ, ਉਹ ਇਸ ਕਰਕੇ ਵੀ ਆਪਾਂ ਨੂੰ ਮਾਰਨਾ ਪੈਂਦਾ ਕੱਪੜਾ। ਉੱਪਰ ਜਿਹੜੇ ਪੱਖੇ ਲੱਗੇ ਹੋਏ ਉਹਨਾਂ ਦਾ ਸੈ ਛੋਟਾ, ਉਹਨਾਂ ਦੀ ਸਕਸ਼ਨ ਪਾਵਰ ਇੰਨੀ ਹੈ, ਮਤਲਬ ਏਸੀ ਕੈਬਨ ਵਾਲਾ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ, ਕਿਉਂਕਿ ਇਹ ਤਾਂ ਜਦੋਂ ਚਲੋ ਆਪਾਂ ਇਹ ਤੁਹਾਡੀ ਗੱਲ ਕਰੀਏ, ਕਿਉਂਕਿ ਇਹ ਤਾਂ ਕੰਪਨੀ ਵੱਲੋਂ ਹੀ ਆ ਹਨਾ, ਜੌਨ ਡੀਅਰ ਕੰਪਨੀ ਵੱਲੋਂ ਹੈ ਜਿਹੜਾ, ਇਹਨਾਂ ਦਾ ਚਲੋ ਇਹਨਾਂ ਦਾ ਵੀ ਉਹਨਾਂ ਨੇ ਹੁਣ ਹੱਲ ਕੱਢਤਾ। ਆਪਾਂ ਉੱਪਰ ਦੀ ਗੱਲ ਕਰੀਏ ਵੀ ਉਹਨਾਂ ਦੀ ਇੰਨੀ ਸਕਸ਼ਨ ਪਾਵਰ ਹੈ ਨਹੀਂ ਵੀ ਉਹ ਗਰਦਾ ਖਿੱਚ ਕੇ ਰੱਖਣ ਜਾਂ ਕੁਛ ਵੀ ਆ, ਮਾੜੀ ਮੋਟੀ ਹਵਾ ਚੱਲਦੀ ਆਪ ਹੀ ਸਾਫ਼ ਹੋ ਜਾਂਦਾ, ਵੈਸੇ ਜਾਮ ਹੋਣ ਦਾ ਤਾਂ ਕੋਈ ਮਤਲਬ ਬਣਦਾ ਨਹੀਂ। ਤੇ ਬਈ ਫਿਰ ਸਵੇਰੇ ਸ਼ਾਮ ਕਿੰਨੇ ਕੱਪੜੇ ਕਦੋਂ ਮਾਰਦੇ ਤੁਸੀਂ? ਆਪਾਂ ਸਮਝੋ ਸਵੇਰੇ ਟਰੈਕਟਰ ਝਾੜਦੇ ਆ ਇੱਕ ਵਾਰੀ, ਠੀਕ ਆ, ਹਾਂ ਸਟਾਰਟ ਰੀਪਰ ਇੱਥੇ ਝਾੜ ਲੈ ਜਾਂਦਾ ਸ਼ਾਮ ਨੂੰ, ਜਦੋਂ ਸਵੇਰੇ ਆਪਾਂ ਟਰੈਕਟਰ ਝਾੜੀਦਾ ਉਦੋਂ ਬਲੋਰ ਰੱਖਿਆ ਹੋਇਆ ਉਹਦੇ ਨਾਲ ਹਵਾ ਮਾਰ ਦਿੰਦੇ ਇੱਕ ਵਾਰੀ ਖੋਲ ਕੇ, ਜਿਹੜਾ ਮਾੜਾ ਮੋਟਾ ਕਰਦਾ ਹੁੰਦਾ ਉਹ ਬਾਹਰੇ ਨਿਕਲ ਜਾਂਦਾ, ਮੁੜ ਕੇ ਸਾਰੀ ਦਿਹਾੜੀ ਵੀਰੇ ਲੋੜ ਨਹੀਂ ਪੈਂਦੀ। ਤੇ ਬਈ ਜਿਵੇਂ ਕਹਿ ਦਈਏ ਹੁਣ ਗਰਮੀ ਹੈ ਹਨਾ, ਇਸ ਟਾਈਮ ਹੁਣ 2 ਵਜੇ ਵੱਜ ਚੁੱਕੇ ਨੇ ਲਗਭਗ, ਸੋ ਇਹ ਦਿਨਾਂ ਦੇ ਵਿੱਚ ਮਤਲਬ 2 ਵਜੇ ਦੇ ਕਰੀਬ ਤੋਂ ਮਤਲਬ ਵੀ ਇਹ ਕਹਿ ਸਕਦੇ ਸਿਖਰ ਦੁਪਹਿਰਾ ਕਹਿੰਦੇ ਹੁੰਦੇ ਆਪਾਂ, ਆਪਾਂ ਸਿੱਧੀ ਲੈਂਗੁਏਜ ਬੋਲੀਏ, ਸੋ ਕੋਈ ਇਹਦੀ ਦਿੱਕਤ ਵੀ ਅੰਦਰ ਕੂਲਿੰਗ ਘਟਦੀ ਹੋਵੇ ਜਾਂ ਕੁਛ ਹੋਰ? ਇਹ ਤਾਂ ਜੀ ਤੁਸੀਂ ਵੀਰੇ ਐਂ ਦੇਖੋ ਵੀ ਕੂਲਿੰਗ ਤਾਂ ਐਨ ਫੁੱਲ ਇਹਦੀ ਉਹ ਚਾ, ਅੱਗੇ ਕੀ ਹੁੰਦਾ ਸੀਗਾ ਵੀ ਮਾਲਕ ਨਜ਼ਾਰੇ ਚ ਜਿਹੜਾ ਮੋਟਰਸਾਈਕਲ ਤੇ ਫਿਰ ਰਿਹਾ ਜਿਹਨੇ ਗੇੜਾ ਮਾਰਨਾ, ਹੁਣ ਆ ਡਰਾਈਵਰ ਨਜ਼ਾਰੇ ਚ, ਹੁਣ ਮਾਲਕ ਗਰਮੀ ਚ ਖੜਾ ਡਰਾਈਵਰ ਨਜ਼ਾਰੇ ਚ, ਠੀਕ ਹੈ, ਫਿਰ ਇਹ ਤਾਂ ਨਹੀਂ ਉਤਰਦਾ ਹੁਣ, ਇਹ ਨਹੀਂ ਉਤਰਦਾ ਜੀ ਹੁਣ, ਇਹ ਚਾਹ ਵੀ ਡਰਾਈਵਰ ਦੀ ਅੰਦਰੇ ਜਾਂਦੀ ਹੈ ਜੀ, ਇੱਕ ਸਿਰਫ ਰੋਟੀ ਰੋਟੀ ਖਾਂਦਾ ਉਹ, ਡਕਾਰ ਵੀ ਅੰਦਰ ਜਾ ਕੇ ਹੀ ਮਾਰਦਾ। ਸੋ ਕਹਿਣ ਦਾ ਮਤਲਬ ਕੁੱਲ ਮਿਲਾ ਕੇ ਸੈਟੀਸਫਾਈਡ ਹੋ ਇਹ ਚੀਜ਼? ਹਾਂਜੀ ਹਾਂਜੀ, ਕਿਤੇ ਨਾ ਕਿਤੇ ਇਹ ਜਿਵੇਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੇ ਖੇਤੀਬਾੜੀ ਨੂੰ ਇੱਕ ਧੂੜ ਮਿੱਟੀ ਵਾਲਾ ਹਨਾ ਇੱਕ ਰੋਲ ਨੂੰ ਖੋਲਣ ਵਾਲਾ ਧੰਦਾ ਕਹਿੰਦੇ ਸੀ ਕਿਤੇ ਨਾ ਕਿਤੇ, ਵੀ ਕਿਤੇ ਨਾ ਕਿਤੇ ਗੋਲਡ ਸਟਾਰ ਸਮਾਣਾ ਵੱਲੋਂ ਇੱਕ ਬਹੁਤ ਵਧੀਆ ਕਦਮ ਹੈ ਹਨਾ, ਵੀ ਮਾਡਰਨ ਖੇਤੀ ਨਾਲ ਜੁੜ ਗਿਆ ਨਾਲ ਤਾਂ ਬੰਦਾ ਨਾਲੇ ਸਰੀਰ ਕਰਾਮ ਪੂਰਾ ਹਨਾ। ਹਾਂਜੀ, ਤੇ ਪੁਰਾਣੇ ਬੰਦਿਆਂ ਦੀ ਪਹਿਲਾਂ ਕਹਾਵਤ ਹੁੰਦੀ ਸੀ ਵੀ ਜਦ ਤੱਕ ਜੱਟ ਲਿਬੜੇ ਨਾ ਵੀ ਜੱਟ ਕਾਮਯਾਬ ਨਹੀਂ ਹੁੰਦਾ, ਪਰ ਇਹ ਹੁਣ ਗਲਤ ਹੁੰਦੀ ਸਾਬਤ ਹੁੰਦੀ ਆ ਵੀ ਸਾਫ ਸੁਥਰਾ ਵੀ ਬੰਦਾ ਖੇਤੀ ਕਰ ਸਕਦਾ। ਅਸੀਂ ਜਦੋਂ ਏਸੀ ਕੈਬਨ ਦੇ ਫੀਲਡ ਦੇ ਵਿੱਚ ਸਟਾਰਟਿੰਗ ਕੀਤੀ ਸੀ, ਸਾਡਾ ਜਿਹੜਾ ਮੇਨ ਜਿਵੇਂ ਆਪਾਂ ਇਹ ਕਹਿ ਸਕਦੇ ਵਿਜ਼ਨ ਹੁੰਦਾ ਹਰੇਕ ਕੰਪਨੀ ਦਾ, ਇੱਕ ਸਾਡੀ ਕੰਪਨੀ ਦਾ ਵਿਜ਼ਨ ਇਹ ਰਿਹਾ ਜੀ ਕਿ ਦੇਖੋ ਜੇ ਚਿੱਟਾ ਕੁੜਤਾ ਪਜਾਮਾ ਪਾ ਕੇ ਬੰਦਾ ਖੇਤ ਏਸੀ ਕੈਬਨ ਚ ਬੈਠ ਗਿਆ ਤਾਂ ਸ਼ਾਮ ਨੂੰ ਇਹ ਨਾ ਹੋਵੇ ਵੀ ਘਰ ਦੇ ਕਹਿਣ ਵੀ ਕੱਪੜੇ ਲਿਬੜ ਗਏ। ਸੋ ਬਾਈ ਦੀਆਂ ਗੱਲਾਂ ਬਾਤਾਂ ਸੁਣ ਕੇ ਤੇ ਇਸ ਤੋਂ ਪਹਿਲਾਂ ਵੀ ਆਪਾਂ ਨੇ ਰਿਵਿਊ ਲਏ ਨੇ ਹਨਾ ਕਸਟਮਰ ਦੇ ਪਿਛਲੇ ਸੀਜ਼ਨ ਦੇ ਵਿੱਚ, ਸੋ ਆਪਾਂ ਨੂੰ ਇਹ ਗੱਲ ਦੀ ਤਾਂ ਗਰੰਟੀ ਹੋ ਗਈ ਕਿ ਗੋਲਡ ਸਟਾਰ ਸਮਾਣਾ ਆਪਣੇ ਵਿਜ਼ਨ ਵੱਲ ਬਿਲਕੁਲ ਸਹੀ ਸਟ੍ਰੇਟ ਜਾ ਰਹੀ ਆ। ਸੋ ਬਾਕੀ ਤੁਹਾਨੂੰ ਨੇੜੇ ਵੀ ਦਿਖਾਉਂਦੇ ਜੀ ਇੱਕ ਵਾਰੀ, ਤੁਸੀਂ ਦੇਖ ਸਕਦੇ ਜੀ ਧੂੜ ਮਿੱਟੀ ਦੀ ਗੱਲ ਕਰੀਏ ਜੀ ਆਪਾਂ ਪੂਰਾ ਕਰਤਾ ਵੀ ਪੂਰਾ ਹਨਾ, ਕਿਉਂਕਿ ਪਿਛਲੀ ਵਾਰ ਮੈਂ ਵੀਡੀਓ ਬਣਾਈ ਸੀ ਬਾਈ ਇੱਕ MP ਜਾ ਕੇ ਹੈ ਉੱਥੇ ਕੀ ਕਰਦੇ ਸੀ ਗਰਦੇ ਦੀ ਦਿੱਕਤ ਨਹੀਂ ਸੀ, ਇੰਨੀ ਗਰਦਾ ਘੱਟ ਸੀ, ਲੋਕਾਂ ਨੇ ਕਮੈਂਟ ਕਰੇ ਕਹਿੰਦੇ ਬਾਈ ਗਰਦਾ ਤਾਂ ਉੱਠਦਾ ਨਹੀਂ, ਕਿਉਂਕਿ ਇੱਥੇ ਆਪਣੇ ਕੋਲ ਪ੍ਰੋਪਰ ਇੱਕ ਡੈਮੋ ਵਧੀਆ ਤਰੀਕੇ ਨਾਲ ਆ ਹਨਾ। ਤੇ ਬਾਈ ਕਹਿ ਦੱਸੋ ਵੀ ਕੈਬਨ ਲਾ ਕੇ ਕਿੰਨਾ ਫਰਕ ਪੈਂਦਾ ਤੇ ਬਿਨਾਂ ਕੈਬਨ ਤੋਂ ਕਿੰਨਾ ਫਰਕ ਪੈਂਦਾ ਵੀ ਟਰਾਲੀਆਂ ਦਾ ਜਿਹੜਾ ਟਰਾਲੀ ਨੇ? ਦੇਖੋ ਬਾਈ ਜੀ ਚਲੋ ਅੱਗੇ ਨਹੀਂ ਹੁੰਦੇ ਸੀਗੇ ਕੈਬਨ ਹਨਾ, ਡਰਾਈਵਰ ਕੀ ਸੋਚਦਾ ਵੀ ਜਦੋਂ ਮੈਂ ਰੋਟੀ ਖਾਣ ਉਤਰਿਆ
ਜੀ ਮੈਂ ਘੰਟਾ ਇੱਧਰ ਆ ਜਾਓ ਬਾਈ ਵੀ ਮੈਂ ਘੰਟਾ ਡੇਢ ਘੰਟਾ ਆਰਾਮ ਕਰਕੇ ਵੀ ਫੇਰ ਟਰੈਕਟਰ ਤੇ ਚੜਾ ਹਨਾ ਡਰਾਈਵਰ ਛਾਵੇਂ ਪਿਆ ਰਹਿੰਦਾ ਸੀਗਾ ਜਦੋਂ ਚਾਹ ਪੀਣੀ ਆ ਬੰਦੇ ਨੇ ਹੱਥ ਪੈਰ ਧੋਂਦਾ ਅਗਲਾ ਪਾਣੀ ਪੀਂਦਾ ਹੱਥ ਪੈਰ ਧੋਂਦਾ ਫੇਰ ਛਾਵੇਂ ਬੈਠਣਾ ਅਗਲੇ ਨੇ ਜਾ ਕੇ ਸਮਝ ਲਓ ਵੀ ਤੁਸੀਂ ਘੰਟਾ ਡੇਢ ਘੰਟਾ ਦੋ ਘੰਟਾ ਆਪਾਂ ਮੈਕਸੀਮਮ ਮੰਨ ਕੇ ਚੱਲ ਸਕਦੇ ਆ ਵੀ ਖਰਾਬ ਹੁੰਦੇ ਹੀ ਹੁੰਦੇ ਆ ਵੀ ਉੱਪਰ ਉੱਤਰ ਬੈਠ ਗਿਆ ਨੀਚੇ ਉੱਤਰੇ ਕਦੇ ਦਮ ਲੈ ਲਿਆ ਹੋਰ ਜਿਹੜੇ ਬਿਨਾ ਕੈਬਨ ਵਾਲੇ ਟਰੈਕਟਰ ਆਪਣੇ ਲਾਗ ਨੇੜੇ ਚੱਲਦੇ ਆ ਉਹਨਾਂ ਤੋਂ ਕੈਬਨ ਕਰਕੇ 5-7 ਟਰਾਲੀਆਂ ਦਾ ਫਰਕ ਪੈਂਦਾ ਹੀ ਪੈਂਦਾ ਹੈ ਟਰੈਕਟਰਾਂ ਦੀ ਆਪਾਂ ਗੱਲ ਨਹੀਂ ਕਰਦੇ ਟਰੈਕਟਰ ਉਹ ਤਾਂ ਫਰਕ ਪੈਣਾ ਹੀ ਪੈਣਾ ਦੇ ਹਿਸਾਬ ਨਾਲ ਹਨਾ ਜਾਂ ਪੀਟੀਓ ਪਾਵਰ ਦੇ ਹਿਸਾਬ ਨਾਲ ਉਹ ਤਾਂ ਫਰਕ ਪੈਣਾ ਹੀ ਪੈਣਾ ਬਟ ਜੇ ਆਪਾਂ ਕੈਬਨ ਕੈਬਨ ਦਾ ਦੇਖੀਏ ਤਾਂ 5-7 ਟਰਾਲੀਆਂ ਦਾ ਦਿਹਾੜੀ ਦਾ ਫਰਕ ਪੈਂਦਾ ਹੀ ਪੈਂਦਾ ਇੱਕ ਤਾਂ ਬੰਦਾ ਬੋਰ ਨਹੀਂ ਹੁੰਦਾ ਸਭ ਤੋਂ ਵੱਡੀ ਗੱਲ ਨੰਬਰ 2 ਬੰਦੇ ਨੂੰ ਮਿੱਟੀ ਘੱਟੀ ਤੋਂ ਸਫੋਕੇਸ਼ਨ ਹੁੰਦੀ ਉਹ ਚੀਜ਼ ਨੇ ਅੰਦਰ ਜਾਣੀ ਨਹੀਂ ਹਨਾ ਹੁਣ ਤੁਸੀਂ ਆਏ ਹੋ ਤੁਹਾਡੇ ਸਾਹਮਣੇ ਹੀ ਹੈ ਵੀ ਬਾਈ ਵਾਲੇ ਰੋਟੀ ਖਾਂਦਾ ਸੀਗਾ ਜਾਂ ਤੁਸੀਂ ਆਏ ਆ ਉਹ ਰੋਟੀ ਖਾ ਕੇ ਹੱਥ ਧੋ ਕੇ ਆਪਣਾ ਉੱਪਰ ਚੜ ਗਿਆ ਦੁਬਾਰੇ ਹੋ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂਜੀ ਠੀਕ ਠਾਕ ਤੁਹਾਡਾ ਸ਼ੁਭ ਨਾਮ ਕੀ ਹੈ ਮੇਰਾ ਨਾਮ ਇੰਦਰਜੀਤ ਸਿੰਘ ਹੈ ਇੰਦਰਜੀਤ ਸਿੰਘ ਜੀ ਹਾਂਜੀ ਇੰਦਰਜੀਤ ਸਿੰਘ ਜੀ ਦੱਸੋ ਪਹਿਲਾਂ ਕਿਵੇਂ ਨਜ਼ਾਰਾ ਆ ਰਿਹਾ ਕੁਝ ਏਸੀ ਕੈਬਨ ਦਾ ਜੀ ਪੂਰਾ ਨਜ਼ਾਰਾ ਅੱਛਾ ਜੀ ਬਿਲਕੁਲ ਲੱਗਦਾ ਨਹੀਂ ਵੀ ਟਰੈਕਟਰ ਚਲਾਉਂਦੇ ਆ ਕਿੰਨੇ ਕੁ ਸਾਲਾਂ ਤੋਂ ਪਹਿਲਾਂ ਵੀ ਤੁਸੀਂ ਟਰੈਕਟਰ ਚਲਾਇਆ ਬਿਨਾਂ ਏਸੀ ਕੈਬਨ ਵਾਲਾ ਮੈਨੂੰ 10 ਸਾਲ ਹੋ ਗਏ ਜੀ ਪਹਿਲਾਂ ਤੂੜੀ ਬਣਾਉਂਦੇ ਆ ਹਾਂ ਠੀਕ ਹੈ ਜੀ ਤੇ ਇਕੱਲਾ ਬੰਦਾ ਨਹੀਂ ਚਲਾ ਸਕਦਾ ਠੀਕ ਹੈ ਜੀ ਹੁਣ ਮੈਂ ਲਗਭਗ 200 ਟਰਾਲੀ ਕਾਪੀ ਮੇਰੇ ਕੋਲ ਹੈਗੀ ਹਾਂ ਜੀ ਹਾਂ 200 ਟਰਾਲੀ ਭਰਤੀ ਠੀਕ ਹੈ ਜੀ 205 ਟਰਾਲੀ ਆਲ ਪਾ ਕੇ ਸੁਬਾ 8-9 ਵਜੇ ਬਹਿਣਾ ਤੇ ਰਾਤ ਨੂੰ 9-9:30 ਵਜੇ ਮੈਂ ਇਕੱਲਾ ਹੀ ਚਲਾਉਣਾ ਰਾਤ ਨੂੰ ਨਹਾਉਣ ਦੀ ਲੋੜ ਪੈਂਦੀ ਹੈ ਨਹੀਂ ਨਹੀਂ ਬਿਲਕੁਲ ਨਹੀਂ ਤੁਹਾਡੇ ਸਾਹਮਣੇ ਬੈਠਿਆ ਹਾਂ ਟਰਾਲੀ ਦੇਖ ਲਓ ਕਾਪੀ ਚੈੱਕ ਕਰ ਲਓ 9ਵੀਂ ਟਰਾਲੀ ਹੈ ਤੁਹਾਨੂੰ ਲੱਗਦਾ ਵੀ ਮੈਂ ਤੂੜੀ ਬਣਾਉਣਾ ਹੋਊਂਗਾ ਨਹੀਂ ਲੱਗਦਾ ਤਾਂ ਹੈ ਨਹੀਂ ਬਾਈ ਐ ਲੱਗਦਾ ਵੀ ਹੁਣੇ ਜਿਵੇਂ ਬਸ ਹੁਣੇ ਬਿਠਾਇਆ ਜਿਹੜਾ ਦੂਜਾ ਸਿੰਪਲ ਆ ਉਹਦੇ ਦਾ ਮਤਲਬ ਇੱਕ ਤਰ੍ਹਾਂ ਦਾ ਮੌਤ ਵਾਲਾ ਹੀ ਕੰਮ ਹੈ ਇਹ ਤਾਂ ਬਹੁਤ ਵਧੀਆ ਚੀਜ਼ ਹੈ ਦੇਖੋ ਚਲੋ ਇਹ ਆਏ ਨੇ ਸਾਡੇ ਬਜ਼ੁਰਗ ਪਹਿਲਾਂ ਵੈਸੇ ਕਹਿੰਦੇ ਹੁੰਦੇ ਸੀ ਵੀ ਜਿਹੜੀ ਖੇਤੀ ਹੈ ਜੀ ਉਹ ਤਾਂ ਫਿਰ ਆਏ ਨੀ ਏਸੀ ਕੈਬਨ ਚ ਬੈਠ ਕੇ ਨਹੀਂ ਹੁੰਦੀ ਹਾਂਜੀ ਹਾਂ ਪਰ ਉਹ ਚੀਜ਼ ਨੂੰ ਫਿਰ ਗਲਤ ਸਾਬਤ ਹੋਈ ਹੈ ਖੇਤੀ ਤਾਂ ਹੋ ਸਕਦੀ ਹੈ ਤੇ ਸਮੇਂ ਦੀ ਲੋੜ ਵੀ ਹੈ ਕਿਉਂਕਿ ਹੁਣ ਜਿਹੜੀਆਂ ਬਿਮਾਰੀਆਂ ਨੇ ਇਹਨਾਂ ਨਾਲ ਮਿੱਟੀ ਘੱਟਾ ਜਿਹੜਾ ਸਾਡੇ ਅੰਦਰ ਜਾਂਦਾ ਹੈ ਨਹੀਂ ਨਹੀਂ ਬਹੁਤ ਆਰਾਮਦਾਇਕ ਪੈਦਾ ਕਰਦਾ ਬਹੁਤ ਵਧੀਆ ਚੀਜ਼ ਹੈ ਜੀ ਬਹੁਤ ਆਰਾਮਦਾਇਕ ਹੈ ਤੇ ਬਾਕੀ ਉਹ ਹੋਰ ਦੱਸੋ ਵੀ ਜਿਵੇਂ ਹੁਣ ਆਪਾਂ ਪਹਿਲਾਂ ਅੱਗੇ ਨਾ ਹਵਾ ਦਾ ਰੁੱਖ ਦੇਖਦੇ ਹੁੰਦੇ ਸੀਗੇ ਵੀ ਕਿੱਧਰ ਨੂੰ ਚਲਾਈਏ ਹਵਾ ਕਿੱਧਰ ਨੂੰ ਚੱਲਦੀ ਹੈ ਹੁਣ ਕੋਈ ਏਡੀ ਲੋੜ ਪੈਂਦੀ ਨਹੀਂ ਕੋਈ ਲੋੜ ਹੀ ਨਹੀਂ ਪੈਂਦੀ ਸਾਨੂੰ ਦੇਖਣ ਦੀ ਅੱਜ ਇੱਧਰ ਨੂੰ ਦੇਖਿਆ ਮੈਂ ਹੁਣ ਤਾਂ ਚਾਰਜ ਫੇਰੇ ਨੂੰ ਵੇੜੇ ਦੇਈਦੇ ਆ ਬਸ ਹਵਾ ਸਿੱਧੀ ਹੋਵੇ ਪੁੱਠੀ ਹੋਵੇ ਨਹੀਂ ਤਾਂ ਦੂਜੇ ਟਰੈਕਟਰਾਂ ਦੇ ਜਿੱਧਰ ਉੱਪਰ ਨੂੰ ਹਵਾ ਆਉਂਦੀ ਹੈ ਫਿਰ ਟਰੈਕਟਰ ਘੁਮਾਉਣਾ ਪੈਂਦਾ ਸੀਗਾ ਠੀਕ ਹੈ ਹੁਣ ਕੋਈ ਲੋੜ ਨਹੀਂ ਘੁਮਾਉਣ ਦੀ ਹੁਣ ਤਕਰੀਬਨ ਤੁਸੀਂ ਮੈਨੂੰ ਲੱਗਦਾ ਵੀ 10 ਜਾਂ 12 10 ਦਿਨਾਂ ਤੋਂ ਲਗਭਗ ਚਲਾ ਰਹੇ ਹੋ ਹਾਂਜੀ ਏਸੀ ਕੈਬਨ ਦੇ ਕਰਕੇ ਕੋਈ ਬ੍ਰੇਕ ਡਾਊਨ ਪਈ ਆ ਨਹੀਂ ਬਿਲਕੁਲ ਵੀ ਨਹੀਂ ਪਈ ਜੀ ਕਿਸੇ ਤਰ੍ਹਾਂ ਲੱਗਿਆ ਵੀ ਆਪਣਾ 2-3 ਘੰਟੇ ਖੜਨਾ ਪਿਆ ਉਹਦੇ ਬਿਲਕੁਲ ਵੀ ਨਹੀਂ ਮੇਰੇ ਪਿੰਡ ਦੇ ਮੁੰਡੇ ਆ ਜੀ ਹੋਰ ਯਾਰ ਦੋਸਤ ਹੈ ਉਹ ਵੀ ਬਹੁਤ ਦੇਖਣ ਆਏ ਟਰੈਕਟਰ ਉਹਨਾਂ ਕੋਲ ਵੀ ਠੀਕ ਹੈ ਜੀ ਉਹ ਕਹਿੰਦੇ ਚੱਲਦਾ ਨਹੀਂ ਹੋਣਾ ਮੈਂ ਕਿਹਾ ਤੁਸੀਂ ਆਪ ਆਣ ਕੇ ਚੈੱਕ ਕਰੋ ਹਾਂਜੀ ਆਪ ਦੇਖ ਕੇ ਚਲਾ ਗਏ ਮੇਰੇ ਯਾਰ ਦੋਸਤ ਖੁਦ ਦੇਖ ਕੇ ਗਏ ਆ ਠੀਕ ਹੈ ਤੇ ਕੋਈ ਬਿਲਕੁਲ ਪ੍ਰੋਬਲਮ ਨਹੀਂ ਆ ਹੁਣ ਆਪਾਂ ਨੂੰ ਜਿਹੜੀ ਉੱਪਰ ਕੰਡੈਂਸਰ ਕੋਇਲ ਲੱਗੀ ਹੋਈ ਹੈ ਕਿੰਨੀ ਕੁ ਵਾਰੀ ਸਾਫ਼ ਕਰਨ ਦੀ ਲੋੜ ਪੈਂਦੀ ਹੈ ਦਿਨ 'ਚ ਮੈਂ ਸੁਬਾਹ ਕਰਦਾ ਜੀ ਉਸ ਨੂੰ ਦਿਨ 'ਚ ਕੋਈ ਲੋੜ ਨਹੀਂ ਪੈਂਦੀ ਦਿਨ 'ਚ ਨਹੀਂ ਕਰਦਾ ਜੀ ਹੁਣ ਆਪਾਂ ਟਰਾਲੀ ਬਣਾ ਲਈ 1-2 ਟਰਾਲੀ ਨਹੀਂ 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 ਕੱਪੜਾ ਕੁਪੜਾ ਮਾਰਨ ਲਈ ਸਵੇਰੇ ਜਦੋਂ ਟਰੈਕਟਰ ਦੀ ਸਫਾਈ ਕਰਨੀ ਹੈ ਜੀ ਹਵਾ ਮਾਰਨੀ ਹੈ ਠੀਕ ਹੈ ਜੀ ਬਲੋਰ ਦੇ ਨਾਲ ਸਵੇਰੇ ਹੀ ਹਵਾ ਮਾਰਨੀ ਹੈ ਇੱਕ ਵਾਰ ਠੀਕ ਹੈ ਜੀ ਦਿਨ 'ਚ ਬਿਲਕੁਲ ਨਹੀਂ ਮਾਰਨੀ ਹੈ ਠੀਕ ਹੈ ਜੀ ਹਾਂਜੀ ਮਤਲਬ ਕੋਈ ਦਿੱਕਤ ਨਹੀਂ ਹੈ ਕੋਈ ਦਿੱਕਤ ਨਹੀਂ ਹੈ ਜੀ ਬਾਕੀ ਫਿਰ ਉਹ ਵੀ ਥੋੜਾ ਫਰਕ ਤਾਂ ਐਵਰੇਜ ਤੁਸੀਂ ਪਹਿਲਾਂ ਵੀ ਚਲਾਏ ਏਸੀ ਕੈਬਨ ਤੋਂ ਬਿਨਾਂ ਟਰੈਕਟਰ ਜੇ ਹੁਣ ਆਪਾਂ ਐਵਰੇਜ ਕੱਢੀਏ ਵੀ ਪਹਿਲਾਂ ਜੇ ਆਪਾਂ 20 ਟਰਾਲੀਆਂ ਬਣਾਉਂਦੇ ਸੀ ਦਿਨ 'ਚ ਜਾਂ 17 ਬਣਾਉਂਦੀ ਜਾਂ 20 ਬਣਾਉਂਦੀ ਸੀ ਹਾਂਜੀ 2-4 ਟਰਾਲੀਆਂ ਤਾਂ ਫਾਲਤੂ ਬਣਦੀਆਂ ਹੋਣਗੀਆਂ ਹਾਂਜੀ ਫਾਲਤੂ ਬਣ ਜਾਂਦੀਆਂ ਜੀ ਦਿਲ ਕਰਦਾ ਕੰਮ ਕਰ ਲਓ ਮਤਲਬ ਟਾਈਮ ਦੀ ਸੇਵਿੰਗ ਹੁੰਦੀ ਹੈ ਹਾਂਜੀ ਹਾਂ ਟਾਈਮ ਦੀ ਸੇਵਿੰਗ ਹੁੰਦੀ ਹੈ ਬੰਦਾ ਹਨੇ ਵਿੱਚ ਬਣ ਕੇ ਮੈਂ ਕਿਹਾ ਚਾਹ ਵਿੱਚ ਬੈਠੇ ਪਵਾ ਲੈਣਾ ਜੀ ਚੱਲ ਜਲਦੀ ਚਾਹ ਪੀ ਲੈ ਠੀਕ ਹੈ ਹਾਂਜੀ ਫਿਰ ਪੜਾਉਣ ਦੀ ਲੋੜ ਨਹੀਂ ਪੈਂਦੀ ਨਹੀਂ ਲੋੜ ਨਹੀਂ ਪੈਂਦੀ ਹੁੰਦਾ ਵੀ ਚੱਲ 10 ਮਿੰਟ ਲਾ ਥੋੜਾ ਆਰਾਮ ਕਰਾਂਗੇ ਉਹ ਕਰਾਂਗੇ ਨਹੀਂ ਨਹੀਂ ਨਾ ਜੀ ਬਿਲਕੁਲ ਨਹੀਂ ਚਲੋ ਬਹੁਤ ਵਧੀਆ ਚੀਜ਼ ਹੈ ਜੀ
ਬਹੁਤ ਸ਼ੁਕਰੀਆ ਧੰਨਵਾਦ। ਮੈਂ ਤਾਂ ਕਹਿੰਦਾ ਵੀ ਇੱਕ ਵਾਰੀ ਵਰਤ ਕੇ ਜਰੂਰ ਦੇਖੋ ਲਵਾਓ ਜਰੂਰ। ਹਾਂਜੀ ਦੇਖੋ ਜੀ ਅਸੀਂ ਤਾਂ ਇੱਕ ਉਪਰਾਲਾ ਕੀਤਾ ਤੇ ਸਾਨੂੰ ਖੁਸ਼ੀ ਹੁੰਦੀ ਜਦੋਂ ਸਾਡੇ ਕਸਟਮਰ ਕਹਿੰਦੇ ਨੇ ਵੀ ਪੈਸੇ ਲਾਇਆ ਦਾ ਮੁੱਲ ਹਾਂਜੀ ਨਹੀਂ ਬਾਕੀ ਮੁੜਦਾ ਜੀ ਬਿਲਕੁਲ। ਮਤਲਬ ਇੱਕ ਵੀ ਮਤਲਬ ਸਾਨੂੰ ਇਹ ਹੁੰਦਾ ਵੀ ਕਸਟਮਰ ਨੂੰ ਇਹ ਨਾ ਲੱਗੇ ਵੀ ਅਸੀਂ ਪੈਸਾ ਵੀ ਲਾਇਆ ਤੇ ਸਾਨੂੰ ਕੋਈ ਸਵਾਦ ਨਹੀਂ ਆਇਆ, ਮਤਲਬ ਪੈਸਾ ਲਾਇਆ ਬੇਕਾਰ ਹੋ ਗਿਆ। ਹਾਂਜੀ ਨਹੀਂ ਨਹੀਂ ਬਿਲਕੁਲ ਸਹੀ ਜਗ੍ਹਾ ਤੇ ਪੈਸਾ ਲੱਗਿਆ, ਪੈਸਾ ਵਸੂਲ ਆ। ਚਲੋ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਤੁਹਾਡਾ। ਠੀਕ ਹੈ ਜੀ, ਓਕੇ ਠੀਕ ਹੈ ਜੀ, ਸ਼ੁਕਰੀਆ। ਤੇ ਬਾਈ ਇੱਕ ਗੱਲ ਮੈਨੂੰ ਦੱਸੋ, ਹਾਂਜੀ ਜਿਵੇਂ ਆਪਾਂ ਕਹਿੰਦੇ ਸੀ ਨਾ ਵੀ ਏਸੀ ਜਿੱਥੇ ਮਸ਼ੀਨਰੀ ਦੇ ਉੱਪਰ ਏਸੀ ਫਿੱਟ ਹੋ ਜਾਂਦਾ, ਹਾਂਜੀ ਲਗਭਗ ਇਹ ਕਹਿੰਦੇ ਨੇ ਵੀ ਏਸੀ ਕੇਬਨ ਜਾਂ ਏਸੀ ਵਾਲੀ ਚੀਜ਼ ਜਿਵੇਂ ਗੱਡੀ ਲਾ ਲਓ, ਗੱਡੀ ਆਪਾਂ ਏਸੀ ਲਾ ਕੇ ਚਲਾਵਾਂਗੇ, ਹਾਂਜੀ ਤੇਲ ਦੀ ਖਪਤ ਵੱਧ ਹੁੰਦੀ ਆ। ਹਾਂਜੀ ਸੋ ਜੇ ਏਸੀ ਆਪਾਂ ਬੰਦ ਕਰ ਦਾਂਗੇ ਤਾਂ ਗੱਡੀਆਂ ਜੋ ਕਈ ਚਲੋ ਜਿਹੜੀ ਛੋਟੀਆਂ ਗੱਡੀਆਂ, ਹਾਂਜੀ ਹਾਂਜੀ ਬਈ ਇਹਦੇ ਕਿੰਨਾ ਕੁ ਫਰਕ ਹੈ ਫਿਰ ਜਿਹੜੇ ਇਹਦੇ ਤੇ ਕਹਿੰਦੇ ਮੈਂ ਏਸੀ ਜੀ ਬੈਠਣਾ ਫਿਰ ਇਹ ਤਾਂ ਫਿਰ ਕਾਫੀ ਫਰਕ ਪਾਉਂਦਾ ਹੁਣ ਇਹਦੇ ਤਾਂ ਕੋਈ ਫਰਕ ਨਹੀਂ ਪੈਂਦਾ ਜੀ, ਇਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਏਸੀ ਚੱਲਦਾ ਜਾਂ ਨਹੀਂ ਚੱਲਦਾ ਜੀ, ਇਹਦੀ ਪਾਵਰ ਹੀ ਬਹੁਤ ਹੈ ਵੀ ਕੋਈ ਇਹਦਾ ਇਹਦਾ ਕੰਨਾ ਕੰਪਰੈਸਰ ਘੁਮਾਉਣ ਨਾਲ ਇਹਦੀ ਪਾਵਰ ਨੂੰ ਕੀ ਫਰਕ ਪੈਣਾ ਜੀ, ਇਹਦਾ ਐਡਾ ਬੜਾ ਪਿੱਛੇ ਸਰਦਾ ਘੁਮਾਉਣਾ ਆਇਆ ਹੈ ਦਈਏ ਇਹ ਜਨਤਾ ਦਾ ਵਹਿਮ ਆਪਾਂ ਉਹ ਫੜਾਈ ਕਿ ਮੂਰੇ ਵਾਲੀ ਚਾਬੀ ਸ਼ੋ ਦੀ ਘਰ ਗਏ ਸੀ ਹਾਂਜੀ ਹਾਂਜੀ ਉਹ ਕਹਿੰਦੇ ਕਹਿੰਦੇ ਵੀ ਉਹਨੇ ਕਿਹਾ ਬਾਈ ਜੇ ਤਾਂ ਏਸੀ ਕੈਬਨ ਲਵਾਓਗੇ ਤਾਂ ਚਲਾ ਲਾਂਗੇ। ਹਾਂਜੀ 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 ਮੈਂ ਕਹਿੰਦਾ ਬਾਈ ਨੂੰ ਗਿਆ, ਮੈਂ ਕਿਹਾ ਏਸੀ ਕੈਬਨ ਹੋਊਗਾ ਮੈਂ ਉਹੀ ਚਲਾਊਂਗਾ, ਦੋਵਾਂ ਦੂਜਾ ਵੀ ਹੈ ਜੂਨੀਅਰ ਇੱਕ ਤਰਵੰਜਾ ਦਾ ਸਾ ਉਹ ਵੀ, ਮੈਂ ਕਿਹਾ ਮੈਂ ਨੀ ਉਹ ਚਲਾਉਣਾ ਮੈਂ ਏਸੀ ਆ ਹੀ ਚਲਾਉਂਗਾ। ਚਲੋ ਵਧੀਆ ਬਾਈ, ਤਾਂ ਆਪ ਕੰਮ ਨਾ ਕਰਦੇ ਹਨਾ ਜਿਵੇਂ ਚਲੋ ਤੁਸੀਂ ਇੱਕ ਪੋਜ਼ਿਟਿਵ ਰਿਵਿਊ ਦਿੱਤਾ ਤੇ ਇੱਕ ਐਂ ਗੱਲ ਦੱਸੋ ਬਾਈ ਜਿਵੇਂ ਹੁਣ ਗਰਦਾ ਗੁਰਦਾ ਕੋਈ ਵਿੱਚ ਲੋਕ ਸਾਫ ਸੁਥਰਾ ਲੱਗ ਰਿਹਾ ਟਰੈਕਟਰ ਹਨਾ। ਹਾਂਜੀ ਹਾਂ ਸੋ ਫਿਰ ਜਿਵੇਂ ਕਹਿੰਦੇ ਗਰਦਾ ਵੜਨ ਗਰਦਾ ਗੁਰਦਾ ਵੜਦਾ ਬਾਈ ਕਿਤੋਂ? ਨਹੀਂ ਬਿਲਕੁਲ ਵੀ ਨਹੀਂ ਵੜਦਾ, ਕਿ ਜੋ ਹੋਵੇ ਕਿਤੋਂ ਐ ਲਾ ਲਓ ਵੀ ਤੇ ਕਰਦਾ ਵੜਦਾ ਕਿਤੇ ਵੀ ਨਹੀਂ ਹੈ ਜੀ, ਕਿਤੇ ਨਹੀਂ ਵੜਦਾ। ਮਤਲਬ ਜੇ ਟਾਕੀ ਖੋਲਾਂਗੇ ਤਾਂ ਆ ਜਾਊਗਾ, ਮਾੜਾ ਮਾੜਾ ਮੋਟਾ ਹੋਗਾ ਜੀ, ਨਹੀਂ ਬਕਾਇਦਾ ਕੋਈ ਗਰਦਾ ਨਹੀਂ ਆਉਂਦਾ ਜੀ। ਤੇ ਇੱਕ ਵਾਰ ਜਿਹੜੇ ਵਿੱਚ ਬੈਠੇ ਹੁੰਦੇ ਹੋ ਰੀਪਰ ਦੇ ਵਿੱਚ ਹੁਣ ਜਿਵੇਂ ਪਿੱਛੇ ਵੀਡੀਓ ਤੇ ਰੋੜਾ ਚੜ ਗਿਆ ਜੇ ਹੋਰ ਉਹਦਾ ਪਤਾ ਲੱਗ ਜਾਂਦਾ? ਹਾਂਜੀ ਹਾਂ ਉਹਨਾਂ ਥੋੜਾ ਜਿਹਾ ਆਪਣੇ ਮਾਈਂਡ ਨਾਲ ਪਤਾ ਲਾਵਾ ਥੋੜੀ ਜਿਹੀ ਆਵਾਜ਼ ਘੱਟ ਬਿਲਕੁਲ ਘੱਟ ਹੋ ਜਾਂਦਾ ਉਹ ਸਾਇਲੈਂਟ ਹੈ, ਅਸੀਂ ਇਹੀ ਚੀਜ਼ ਪੁੱਛਣਾ ਚਾਹੁੰਦੇ ਹਾਂ। ਹਾਂ ਮਤਲਬ ਇਹ ਸਾਇਲੈਂਟ ਹੈ, ਬਾਹਰ ਨਹੀਂ ਪਤਾ ਲੱਗਦਾ ਵੀ ਕੀ ਹੋ ਰਿਹਾ ਕੀ। ਇਹ ਸਾਡਾ ਮਨ ਮੇਨ ਫੋਕਸ ਹੀ ਇਹੀ ਸੀ ਵੀ ਸਾਡਾ ਕਿ ਅਸੀਂ ਕਿਵੇਂ ਸਟਾਰਟਿੰਗ ਦੇ ਵਿੱਚ ਨੋਇਸ ਫ੍ਰੀ ਵੀ ਦੱਸਿਆ ਸੀ ਨਾ, ਇਹ ਹੀਟ ਫ੍ਰੀ ਦੱਸਿਆ ਡਸਟ ਫ੍ਰੀ, ਸੋ ਸਾਡਾ ਜਿਹੜਾ ਵਿਜ਼ਨ ਇਹੀ ਸੀ ਕਿ ਕਸਟਮਰ ਪੈਸੇ ਲਾ ਰਿਹਾ ਹਨਾ, ਹਾਂਜੀ ਸੋ ਤਾਂ ਉਹਨੂੰ ਪ੍ਰੋਪਰ ਮੁੱਲ ਮਿਲ ਸਕਦਾ। ਇਹਦਾ ਜੇ ਤੁਸੀਂ ਬਾਹਰ ਦੇਖਣਾ ਵੀ ਕੀ ਪ੍ਰੋਬਲਮ ਹੈ ਕੀ ਨਹੀਂ, ਥੋੜਾ ਮੈਨੂੰ ਸ਼ੀਸ਼ਾ ਖੋਲ ਕੇ ਦੇਖਣਾ ਪੈਂਦਾ ਵਾ ਵੀ ਕੋਈ ਦਿੱਕਤ ਲੱਗਦੀ ਆ, ਬਕਾਇਦਾ ਕੋਈ ਪਤਾ ਨਹੀਂ ਲੱਗਦਾ। ਕਹਿਣ ਦਾ ਮਤਲਬ ਵੀ ਐ ਜਿਵੇਂ ਗੱਡੀ ਚਲਾ ਰਹੇ ਬਸ। ਹਾਂਜੀ 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 ਤਾਂ ਵੀਰੇ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ। ਠੀਕ ਹੈ ਜੀ, ਸੋ ਦੋਸਤੋ ਇੱਥੇ ਦਿਖਾ ਦਿੰਦੇ ਆ ਤੁਹਾਨੂੰ ਹਨਾ ਜਿਹੜੀ ਚੀਜ਼ ਦਾ ਆਪਾਂ ਕਹਿੰਦੇ ਸੀ ਵੀ ਦਿੱਕਤ 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 ਹਨਾ, ਇਹ ਚੀਜ਼ ਆ ਬਾਈ। ਹੁਣ ਤੁਸੀਂ ਆਪਣੇ ਹਿਸਾਬ ਲਓ, ਕੰਪਰੈਸ਼ਰ ਹੈ ਤੇ ਟਰੈਕਟਰ ਦੀ ਪਾਵਰ ਦੇਖੋ ਤੇ ਉਸ ਤੋਂ ਬਾਅਦ ਕੰਪਰੈਸ਼ਰ ਦੇਖੋ ਵੀ ਜਿਹੋ ਜਿਹਾ ਇੱਕ ਆਪਾਂ ਗੱਡੀਆਂ ਦੇ ਵਿੱਚ ਦੇਖਦੇ ਹਾਂ ਆਈਡਲ ਗੇਅਰ ਲੱਗਿਆ ਹੁੰਦਾ ਹਨਾ, ਉਹਦੇ ਉੱਪਰ ਦੀ ਪੂਰੀ ਕਮਾਈ ਹੁੰਦੀ ਹੈ, ਜਿਹੋ ਜਿਹਾ ਉਹ ਘੁਮਾ ਲਿਆ ਜਿਹੋ ਜਿਹਾ ਇਹ ਘੁਮਾ ਲਿਆ, ਇਹਨੂੰ ਬਿਲਕੁਲ ਕੋਈ ਫਰਕ ਨਹੀਂ ਪੈਣ ਲੱਗਿਆ ਇਹ ਚੀਜ਼ਾਂ ਨਾਲ, ਕਿਉਂਕਿ ਇਹ ਕੋਈ ਛੋਟੇ ਟਰੈਕਟਰ ਨਹੀਂ ਹੈਗੇ ਹਨਾ ਜਿਹਨਾਂ ਦੇ ਉੱਪਰ ਏਸੀ ਕੈਬਨ ਇੰਸਟਾਲ ਹੋ ਰਹੇ ਨੇ। ਸੋ ਆਪਾਂ ਵੀਰੇ ਇਹਦਾ ਐਗਜ਼ਾਮਪਲ ਲੈ ਕੇ ਦੱਸ ਦਿੰਦੇ ਹਾਂ ਵੀ ਆਪਾਂ ਜਿਹੜੇ ਘਰਾਂ ਕੰਪਰੈਸਰ ਲਾਏ ਹੁੰਦੇ ਨੇ, ਆਪਾਂ ਹਵਾ ਵਾਲੇ ਹੁੰਦੇ ਨੇ ਜਾਂ ਡੱਗ ਵਾਲੇ ਹੁੰਦੇ ਨੇ ਕੰਪਰੈਸਰ, ਉਹਨਾਂ ਨੂੰ ਆਪਾਂ 2 ਜਾਂ 3 ਹਾਰਸ ਪਾਵਰ ਦੀ ਮੋਟਰ ਨਾਲ ਈਜ਼ਲੀ ਚਲਾ ਲੈਂਦੇ ਹਾਂ। ਹਾਂਜੀ ਠੀਕ ਆ ਜੀ, ਇਲੈਕਟ੍ਰੀਕਲ ਮੋਟਰਾਂ ਤੇ ਆਪਾਂ 2-3 ਹਾਰਸ ਪਾਵਰ ਦੀ ਹੁੰਦੀ ਉਹਨੂੰ ਈਜ਼ਲੀ ਚਲਾ ਲੈਂਦੇ ਹਾਂ ਆਪਾਂ, ਕਿੰਨੀ ਕੁ ਲੈਟ ਖਾਂਦੀ ਆ ਉਹ ਛੋਟੀਆਂ ਮੋਟਰਾਂ ਹੁੰਦੀਆਂ। ਆਪਣੇ ਟਰੈਕਟਰ ਦੀ ਹਾਰਸ ਪਾਵਰ ਕੰਪਨੀ 63 ਹਾਰਸ ਪਾਵਰ ਦਾ ਟਰੈਕਟਰ ਦੱਸਦੀ ਆ ਇਹ। ਠੀਕ ਹੈ ਜੀ, ਇਸ ਨੂੰ ਕੀ ਫਰਕ ਪੈਣਾ ਇਸ ਨਾਲ? ਇੰਨੀ ਕੁ ਬੈਲਟ ਨਾਲ ਇਸ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ, ਜੇ ਆਪਾਂ ਕਹੀਏ ਵੀ ਡੀਜ਼ਲ ਵੱਧ ਘੱਟ ਖਾਊਗਾ ਇਸ ਨੂੰ ਕੋਈ ਫਰਕ ਨਹੀਂ ਪੈਣਾ, ਇਹ ਇੰਨੀ ਚੀਜ਼ ਨਾਲ ਇਹਨੂੰ ਡੀਜ਼ਲ ਦਾ ਕੋਈ ਫਰਕ ਨਹੀਂ ਪੈਂਦਾ। ਤੇ ਇੱਕ ਬਈ ਟੈਂਕੀ ਦੇਖੀ ਜਾਂਦੇ ਸੀ, ਟੈਂਕੀ ਵੀ ਅੱਛਾ ਗੋਲਡ ਸਟਾਰ ਤੋਂ ਹੀ ਲਵਾਈ ਹੈ ਤੁਸੀਂ ਹਨਾ?
ਸੋ ਬਈ ਫਿਰ ਕਈ ਇਹ ਵੀ ਦੱਸ ਦੋ ਹੁਣ ਨਾਲ ਹੁੰਦੇ ਵੀਰੇ ਕਿ ਵੀ ਕਿੰਨੀ ਕੁ ਵਾਰੀ ਫਿਰ ਪੰਪ ਦੇ ਗੇੜੇ ਕਿੰਨੇ ਕੁ ਲੱਗਦੇ ਨੇ ਪੈਟਰੋਲ ਪੰਪ ਦੇ ਆਪਾਂ ਹੁੰਦਾ ਹੀ ਬੰਦਾ ਅੱਗੇ ਆਪਣੇ ਕੋਲ ਤਾਂ ਬਾਈ ਜੀ ਚਲੋ ਵੀ ਘਰਾਂ ਹੋਆ ਵੱਡੀ ਟੈਂਕੀ ਬਣੀ ਹੋਈ 18 ਲੀਟਰ ਦੀ ਅੱਗੇ ਕੀ ਕਰਦੇ ਸੀਗੇ ਆਪਾਂ 5 ਕਬਾਦਿਆਂ ਨੂੰ ਆਪਾਂ ਨੂੰ ਨਾ 20 ਲੀਟਰ ਤੇਲ ਪਾਉਣਾ ਪੈਂਦਾ ਸੀਗਾ ਕਿਉਂਕਿ ਜਿਹੜੀ ਪਹਿਲਾਂ ਉਹ ਆਉਂਦੀ ਆ ਟੈਂਕੀ ਉਹ ਆਉਂਦੀ ਆ 65 ਲੀਟਰ ਠੀਕ ਹੈ ਜੀ ਇਹ ਹੁਣ ਆਪਣੀ 85 ਲੀਟਰ ਦੀ ਟੈਂਕੀ ਆ ਇਹ ਸਮਝੋ ਚਲੋ ਉਹ ਗੇਜ ਛੋਟੀ ਹੋਣ ਕਰਕੇ ਹਨਾ ਮੀਟਰ ਦੇਖ ਕੇ ਅਗਲਾ ਡਰੀ ਜਾਂਦਾ ਪਰ ਤੇਲ ਹੇਠ 20 ਲੀਟਰ ਹੁੰਦਾ ਹੀ ਹੈ ਇਹ ਚ ਹੁਣ ਆਪਾਂ ਕੀ ਕਰਦੇ ਆ ਚਲੋ ਫੇਰ ਵੀ ਆਪਾਂ ਲੈ ਆਨੇ ਆ ਇੱਕ ਆਪਣਾ ਮਾਨਸਰਸੇ ਨੂੰ ਵੀ ਖੜ ਨਾ ਜਾਵੇ ਹਨਾ ਪਰ ਹੇਠ ਤੇਲੇ ਚ 9ਵੀਂ ਟਰਾਲੀ ਤੁਸੀਂ ਹੁਣ ਕਰ ਰਹੇ ਹੋ ਹਨਾ ਜਾਂ ਦਿਨ ਦੀ ਜਾਂ 10ਵੀਂ ਜਿੰਨੀ ਵੀ ਇਸ ਤੋਂ ਬਾਅਦ ਜੇ ਆਪਾਂ ਲੈ ਜਾਵੇ ਸਾਬ ਹੁਣ 2 ਵੱਜ ਗਏ ਹਨਾ ਤਾਂ ਮੰਨ ਕੇ ਚਲੋ ਵੀ 8-9 ਵਜੇ ਤੱਕ ਫੇਰ ਹਜੇ ਚੱਲੀ ਜਾਣੇ ਨੇ ਸੋ ਮਤਲਬ ਵੀ ਕਹਿਣ ਦਾ 24 ਘੰਟੇ ਵਾਲੇ ਡਰਾਈਵਰ ਹੋ ਗਏ ਫਿਰ ਮਾੜਾ ਮੋਟਾ ਰੈਸਟ ਕਰ ਲੈ 12 ਘੰਟੇ ਚੱਲਦਾ ਚਲੋ ਵੀਰੇ ਬਹੁਤ ਵਧੀਆ ਲੱਗਿਆ ਹਨਾ ਤੁਹਾਡੇ ਨਾਲ ਗੱਲਬਾਤ ਕਰਕੇ ਸਾਡਾ ਮੇਨ ਮਕਸਦ ਸੀ ਜਿਹੜਾ ਇਹੀ ਸੀ ਕਿ ਅਸੀਂ ਗੋਲਡ ਸਟਾਰ ਸਮਾਣਾ ਵੱਲੋਂ ਫੀਲਡ ਇੰਸਪੈਕਸ਼ਨ ਦਾ ਜਿਹੜਾ ਮੁੱਦਾ ਸੀ ਤਾਂ ਹੀ ਸੀ ਕਿ ਕਸਟਮਰ ਨੂੰ ਆਪਾਂ ਜਾ ਕੇ ਦੇਖ ਸਕੀਏ ਗਰਾਊਂਡ ਲੈਵਲ ਤੇ ਜਾ ਕੇ ਆਪਾਂ ਨੂੰ ਪਤਾ ਲੱਗੇ ਕਿ ਕਸਟਮਰ ਸੈਟੀਸਫਾਈਡ ਵੀ ਆ ਜਾਂ ਬਸ ਫਿਰ ਆਪਾਂ ਵੀ ਆਪਾਂ ਕੈਬਨ ਲਾਈ ਜਾ ਰਹੇ ਤੇ ਲੋਕ ਲਵਾਈ ਜਾ ਰਹੇ ਨੇ ਸੋ ਬਈ ਇੱਥੇ ਇਹ ਚੀਜ਼ ਦਾ ਜਵਾਬ ਤੁਹਾਨੂੰ ਮਿਲ ਗਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਆਪਾਂ ਨੇ ਰਿਵਿਊ ਲਏ ਸੀ ਕਸਟਮਰ ਦੇ ਬਹੁਤ ਵਧੀਆ ਰਿਵਿਊ ਦਿੱਤੇ ਸੀ ਸੋ ਠੀਕ ਹੈ ਇਹ ਕੋਈ ਪਲੈਨਡ ਇੰਟਰਵਿਊ ਨਹੀਂ ਹੈਗੀ ਬਈ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਦਾ ਕਿਉਂਕਿ ਬਾਈ ਕੋਲ ਤੁਸੀਂ ਪਰਮਜੀਤ ਸਿੰਘ ਬਾਈ ਦਾ ਨਾਮ ਹੈ ਰੰਗੀਆਂ ਪਿੰਡ ਹੈ ਪਰਮਵੀਰ ਸਿੰਘ ਪਰਮਵੀਰ ਸਿੰਘ ਨਾਮ ਹੈ ਜੀ ਰੰਗੀਆਂ ਪਿੰਡ ਹੈ ਰਾਜਪੁਰੇ ਦੇ ਲਾਗੇ ਪੈਂਦਾ ਸੋ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਕੰਟੈਕਟ ਨੰਬਰ ਵੀ ਸ਼ੇਅਰ ਕਰ ਦਾਂਗੇ ਬਾਕੀ ਬਾਈ ਇੱਕ ਵਾਰ ਤੁਸੀਂ ਬੋਲ ਵੀ ਦਿਓ ਤੁਹਾਡਾ ਕੰਟੈਕਟ ਨੰਬਰ 7530031 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
ਸਫਾਈ ਨਹੀਂ ਤਾਂ ਮਿਲੇ ਵਰਤੇ ਲੋਕ ਨੇ ਉਹਨਾਂ ਨੂੰ ਤਾਂ ਪਤਾ ਮਤਲਬ ਕਿਤੇ ਨਾ ਕਿਤੇ ਜੇ ਆਪਾਂ 100 ਬੰਦਾ ਆਪਾਂ ਨੂੰ ਦੇਖ ਰਿਹਾ ਤਾਂ ਜੇ ਆਪਾਂ 99 ਲੋਕ ਆਪਣੇ ਕੋਲੇ ਪੋਜ਼ਿਟਿਵ ਨੇ ਤਾਂ ਇੱਕ ਨਾ ਤਾਂ ਨੈਗੇਟਿਵ ਜ਼ਰੂਰ ਹੋਊਗਾ ਸੋ ਉਹਨੂੰ ਇਗਨੋਰ ਕਰੋ ਤੇ ਇੱਕ ਜਿਹੜੇ ਇਗਨੋਰੈਂਸ ਵੀ ਕੀ ਕਰਨੇ ਤੁਸੀਂ ਕਾਲ ਕਰੋ ਤੇ ਪੁੱਛੋ ਪਰਸਨਲੀ ਆ ਕੇ ਦੇਖੋ ਡਰਾਈਵ ਕਰਕੇ ਵੀ ਦੇਖ ਲਓ ਸੋ ਕੋਈ ਕਮੀ ਪੇਸ਼ੀ ਨਹੀਂ ਹੈਗੀ ਬਈ ਸੋ ਮਿਲਦੇ ਆ ਤੁਹਾਨੂੰ ਅਗਲੇ ਟਰੈਕਟਰ ਦੇ ਰਿਵਿਊ ਦੇ ਉੱਪਰ ਸੋ ਇਸੇ ਤਰ੍ਹਾਂ ਗੋਲਡ ਸਟਾਰ ਸਮਾਨ ਦਾ ਸਾਥ ਦਿਓ ਸਬਸਕ੍ਰਾਈਬ ਕਰੋ ਚੈਨਲ ਕਮੈਂਟ ਬੈਕ ਕਰਕੇ ਜ਼ਰੂਰ ਦੱਸੋ ਤੇ ਇਸ ਤੋਂ ਬਾਅਦ ਦੀ ਵੀਡੀਓ ਪਾਵਾਂਗੇ ਆਪਾਂ ਅਗਲੀ ਫੀਲਡ ਇੰਸਪੈਕਸ਼ਨ ਦੀ ਸੋ ਦੋਸਤੋ ਧੰਨਵਾਦ ਜੀ।